ਤੇ ਮੈਂ ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਮਹਾਂਪੁਰਖ ਉਹ ਕਹਿਣ ਲੱਗੇ, ਜੀਵਤ ਵੇਖੇ ਜਿਨੀ ਹਰ ਹਰ ਧਿਆਇਆ। ਕਹਿਣ ਲੱਗੇ, ਕੁਲਵੰਤ ਸਿੰਘ ਉਹ ਕਿਤੇ ਵੀ ਨਹੀਂ ਜਾਂਦੇ, ਜਿਨ੍ਹਾਂ ਨੇ ਪ੍ਰਭੂ ਦਾ ਭਜਨ ਕੀਤਾ ਉਹ ਸਦਾ ਜਿਉਂਦੇ ਰਹਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪ ਜੀ ਦੇ ਮਨ ਵਿੱਚ ਹੁੰਦਾ ਹੋਵੇਗਾ ਕਿ ਸੰਤ ਬਾਬਾ ਕੁਲਵੰਤ ਸਿੰਘ ਜੀ ਤਖ਼ਤ ਸਾਹਿਬ ਵਿਖੇ ਹਾਜ਼ਰੀ ਕਿਉਂ ਨਹੀਂ ਭਰ ਰਹੇ, ਪਰ ਆਪ ਜੀ ਲਈ ਦੱਸ ਦਈਏ ਕਿ ਅੱਜ ਸ਼ਾਮ ਦੀ ਹਾਜ਼ਰੀ ਸੰਤ ਬਾਬਾ ਰਾਮ ਸਿੰਘ ਜੀ ਭਰ ਰਹੇ ਹਨ, ਪਰ ਅੱਜ ਹੁਣ ਕੁਛ ਹੀ ਸਮੇਂ ਪਹਿਲਾਂ ਸੰਤ ਬਾਬਾ ਕੁਲਵੰਤ ਸਿੰਘ ਜੀ ਮਹਾਰਾਜ ਜੀ ਦਰਸ਼ਨ ਲੈਣ ਲਈ ਆਏ ਸੀ। ਸੋ ਕੁਛ ਹੁਣ ਅੰਦਰ ਇਸ ਵੇਲੇ ਸੰਤ ਬਾਬਾ ਕੁਲਵੰਤ ਸਿੰਘ ਜੀ ਤਖ਼ਤ ਸਾਹਿਬ ਦੇ ਅੰਦਰ ਚੌਰ ਸਾਹਿਬ ਦੀ ਸੇਵਾ ਕਰ ਰਹੇ ਹਨ। ਅੰਦਰ ਜਾ ਕੇ ਅਸੀਂ ਵੀਡੀਓਗ੍ਰਾਫੀ ਨਹੀਂ ਕਰ ਸਕਦੇ, ਵੈਸੇ ਜਦੋਂ ਸੰਤ ਬਾਬਾ ਕੁਲਵੰਤ ਸਿੰਘ ਜੀ ਅੱਜ ਦੀ ਸੇਵਾ ਸੰਪੂਰਨ ਕਰਨ ਤੋਂ ਬਾਅਦ ਬਾਬਾ ਜੀ ਜਾਣਗੇ, ਆਪ ਜੀ ਨੂੰ ਉਦੋਂ ਹੀ ਦਰਸ਼ਨ ਕਰਾਵਾਂਗੇ। ਕੁਛ 7:30 ਵਜੇ ਬਾਬਾ ਜੀ ਨੇ ਜਾਣਾ ਆ ਇੱਥੋਂ, ਉਦੋਂ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਜੀ। ਸੰਗਤ ਜੀ, ਤਖ਼ਤ ਸਾਹਿਬ ਕੇ ਰਹਿਣਾ ਸਾਹਿਬ ਦੀ ਸਮਾਪਤੀ ਹੋ ਗਈ ਹੈ ਅਤੇ ਕੁਛ ਸਮੇਂ ਨੂੰ ਬਾਬਾ ਕੁਲਵੰਤ ਸਿੰਘ ਜੀ ਆਉਣ ਵਾਲੇ ਹਨ। ਰੋਜ਼ ਸ਼ਾਮ ਦੇ ਵੇਲੇ ਨੌਬਤ ਵੱਜਦੀ ਹੈ। ਨੌਬਤ ਇੱਕ ਇਹੋ ਜਿਹਾ ਮਿਊਜ਼ੀਕਲ ਇੰਸਟਰੂਮੈਂਟ ਹੁੰਦਾ ਆ ਜੋ ਕਿ ਰਾਜਿਆਂ ਮਹਾਰਾਜਿਆਂ ਦਰਬਾਰ ਵਿੱਚ ਵੱਜਦਾ ਹੈ।